Math exercise 6.3 sum number 4. ਇਨ ਫਿਗਰ 6.36 ਉਹਨਾਂ ਨੇ ਸਾਨੂੰ ਇੱਕ ਫਿਗਰ ਦਿੱਤੀ, ਉਹਦੇ ਵਿੱਚ ਜਿਹੜਾ ਕਿਊ ਆਰ ਅਪੋਨ ਕਿਊ ਐੱਸ ਉਹ ਸਾਡਾ ਇਕੁਅਲ ਹੈ ਕਿਊ ਟੀ ਅਪੋਨ ਪੀ ਆਰ ਦੇ, ਅਤੇ ਉਹਨਾਂ ਨੇ ਸਾਨੂੰ ਜਿਹੜਾ ਐਂਗਲ 1 ਹੈ ਉਹ ਇਕੁਅਲ ਦਿੱਤਾ ਐਂਗਲ 2 ਦੇ। ਅਸੀਂ ਸ਼ੋ ਕਰਨਾ ਕਿ ਜਿਹੜਾ ਟ੍ਰੈਂਗਲ ਪੀ ਕਿਊ ਐੱਸ ਆ ਉਹ ਹੈ ਸਿਮਿਲਰ ਟ੍ਰੈਂਗਲ ਟੀ ਕਿਊ ਆਰ ਦੇ। ਸਾਨੂੰ ਗਿਵਨ ਹੈ ਜਿਹੜਾ ਇਨ ਜਿਹੜਾ ਟ੍ਰੈਂਗਲ ਪੀ ਕਿਊ ਐੱਸ ਆ ਐਂਡ ਜਿਹੜਾ ਟ੍ਰੈਂਗਲ ਟੀ ਕਿਊ ਆਰ ਹੈ, ਅਤੇ ਸਾਨੂੰ ਗਿਵਨ ਹੈ ਕਿ ਜਿਹੜਾ ਐਂਗਲ 1 ਆ ਉਹ ਹੈ ਇਕੁਅਲ ਐਂਗਲ 2 ਦੇ। ਅਸੀਂ ਦੇਖਣਾ ਜਿਹੜਾ ਪੀ ਆਰ ਹੈ ਉਹ ਸਾਡਾ ਕਿਤ ਓਪੋਜ਼ਿਟ, ਜਿਹੜਾ ਪੀ ਆਰ ਆ ਪੀ ਕਿਊ ਦੇ ਓਪੋਜ਼ਿਟ, ਫਿਰ ਅਸੀਂ ਲਾਈਨ ਲਿਖ ਦੇਣੀ ਸਾਈਡ ਓਪੋਜ਼ਿਟ ਟੂ ਐਂਗਲਸ ਇਕੁਅਲ ਐਂਗਲਸ ਆਰ ਇਕੁਅਲ, ਫਿਰ ਅਸੀਂ ਲਿਖਣਾ ਕਿਊ ਆਰ ਅਪੋਨ ਕਿਊ ਐੱਸ ਇਕੁਅਲ ਕਿਊ ਟੀ ਅਪੋਨ ਪੀ ਆਰ, ਇਹ ਸਾਨੂੰ ਗਿਵਨ ਹੈ। ਫਿਰ ਜਿਹੜਾ ਕਿਊ ਆਰ ਹੈ ਅਪੋਨ ਕਿਊ ਐੱਸ ਹੈ, ਅਤੇ ਜਿਹੜਾ ਕਿਊ ਟੀ ਔਰ ਜਿਹੜਾ ਪੀ ਆਰ ਅਸੀਂ ਕਿਹਾ ਸੀ ਜਿਹੜਾ ਸਾਡਾ ਪੀ ਆਰ ਹੈ ਉਹ ਇਕੁਅਲ ਹੈ ਪੀ ਕਿਊ ਦੇ, ਫਿਰ ਅਸੀਂ ਲਿਖ ਲੈਣਾ ਕਿਊ ਟੀ ਅਪੋਨ ਪੀ ਕਿਊ, ਕਿਉਂਕਿ ਉਹ ਸਾਡਾ ਇਕੁਅਲ ਹੀ ਤਾਂ ਕਰ। ਫਿਰ ਜਿਹੜਾ ਇਹਨਾਂ ਵਿੱਚ ਕੋਮਨ ਆਉਂਦਾ ਐਂਗਲ ਕਿਊ ਅਸੀਂ ਉਹ ਲਿਖ ਲੈਣਾ, ਫਿਰ ਲਿਖ ਲੈਣਾ ਟ੍ਰੈਂਗਲ ਪੀ ਕਿਊ ਐੱਸ ਸਾਡਾ ਸਿਮਿਲਰ ਹੋ ਗਿਆ ਟ੍ਰੈਂਗਲ ਟੀ ਕਿਊ ਆਰ ਦੀ ਬਾਏ ਐੱਸ ਏ ਐੱਸ।